ਬੋਰਡ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਾਲ ਦੀ ਨਾਲ, ਇਹ ਬੋਰਡ ਜਿਹੜਾ ਵਾ ਸਦੀਆਂ ਪੁਰਾਣਾ, 300-400 ਸਾਲ। ਅੱਛਾ, ਹਾਂਜੀ, ਤੁਸੀਂ ਕੋਈ ਰਿਕੁਐਸਟ ਨਹੀਂ ਕੀਤੀ? ਬਹੁਤ ਕੀਤੀ ਆ ਜੀ, ਮੈਂ ਬਹੁਤ ਕੀਤੀ, ਬਹੁਤ ਬਹੁਤ ਬੇਨਤੀ। ਬੋਰਡ ਦਾ ਤੁਸੀਂ ਸਾਡੇ ਸਰੋਤਾਂ ਨੂੰ ਦੱਸਿਓ ਵੀ ਤੁਸੀਂ ਇਸ ਇੱਥੇ ਰਹਿੰਦੇ ਹੋ, ਤੁਹਾਡਾ ਖੇਤ ਹਨ, ਤੁਹਾਨੂੰ ਇਸ ਬੋਰਡ ਦਾ ਕਿੰਨਾ ਕੁ? ਤੇ ਪੰਛੀ ਰਹਿੰਦੇ ਆ ਹਜ਼ਾਰਾਂ ਹੀ, ਹਜ਼ਾਰਾਂ ਹੀ ਜੀਵ ਜੰਤਾ, ਸਿਆਲ ਨੂੰ ਵੀ ਨਿੱਘ ਮੰਨਦੇ ਆ, ਗਰਮੀਆਂ ਨੂੰ। ਚਲੋ, ਪਿੰਡ ਮੁਸਲਮਾਨਾਂ ਦਾ ਸੀਗਾ ਜੀ ਪਹਿਲੋਂ, ਇਹ ਮੁਸਲਮਾਨਾਂ ਦੇ ਵਿਲੇਜ ਲੱਗਾ ਜੀ। ਭਗਤਾਂ ਨੂੰ ਉੱਜੜ ਕੇ ਆਏ ਆ, ਉਦੋਂ ਦੱਸਦੇ ਵੀ ਉਦੋਂ ਵੀ ਏਦਾਂ ਦਾ ਹੀ ਸੀ। ਅੱਛਾ, ਹਾਂਜੀ, ਜਗ੍ਹਾ ਬਾਰੇ ਵੀ ਅਸੀਂ ਬਹੁਤ ਬੇਨਤੀ ਕਰ ਹਟੇ ਆ ਵੀ ਸਾਨੂੰ ਜਗ੍ਹਾ ਉੱਧਰ ਬਣਾ ਦਿਓ। ਜਗਮਾ ਤੇ ਲੂਣ ਪਾਉਣ ਵਾਲੀ ਗੱਲ ਆ ਵੀ ਜਦੋਂ ਅਸੀਂ ਦੇਖਦੇ ਕੇ ਗੱਲ ਭੂਰਿਆ ਕਰਾਂਗੇ। ਬੋਰਡ ਦੱਸਿਆ ਜਾਂਦਾ ਵਾ ਜਿੱਥੇ ਕਿ ਸਰਕਾਰ ਰੁੱਖ ਬਚਾਉਣ ਨੂੰ ਗੱਲ ਕਰਦੀ ਆ, ਉੱਥੇ ਸਰਕਾਰ ਹੀ ਜ਼ਬਰਦਸਤੀ ਆ, ਦੇਖ ਸਕਦੇ ਤੁਸੀਂ, ਬੋਰਡ ਨੂੰ ਜਿਹੜਾ ਕਟਾਇਆ ਜਾ ਰਿਹਾ। ਸਾਡੇ ਨਾਲ ਜਿਹੜੇ ਇਸ ਜ਼ਮੀਨ ਦੇ ਬੋਰਡ ਦੇ ਮਾਲਕ ਨੇ, ਜਿਹੜੇ ਦਰਦ ਰੱਖਦੇ ਨੇ ਤੇ ਰੁੱਖਾਂ ਪ੍ਰਤੀ, ਉਹਨਾਂ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ ਭਾਈ ਸਾਹਿਬ ਜੀ ਬੋਰਡ ਬਾਰੇ, ਜ਼ਬਰਦਸਤੀ ਤੁਹਾਡਾ ਬੋਰਡ ਜਿਹੜਾ ਕੱਲ ਕੁਝ ਜਾਣੇ ਸਰਕਾਰ ਨੇ? ਹਾਂਜੀ, ਮੇਰਾ ਨਾਮ ਬਲਬੀਰ ਸਿੰਘ, ਪਿੰਡ ਸਹਿਮ। ਦੇਖੋ ਜੀ, ਜੋ ਭਾਰਤ ਮਾਲਾ ਪ੍ਰੋਜੈਕਟ ਇੱਥੋਂ ਹੀ ਸਾਡੇ ਲੰਘ ਰਿਹਾ ਆ, ਇਹਦੇ ਵਿੱਚ 250-300 ਸਾਲ ਪੁਰਾਣਾ ਦਰਖਤ ਆ ਬੋਰਡ ਦਾ, ਤੇ ਮੈਂ ਅੱਗੇ ਵੀ ਇਹਦੇ ਬਹੁਤ ਪ੍ਰਸ਼ਾਸਨ ਕੱਲ ਨੇਤੇ ਵਾਲਿਆਂ ਨੂੰ ਨਾਲ ਲੈ ਕੇ, ਜੋ ਥਾਣਾ ਸਦਰ ਨੂੰ ਕੁਝ ਐਸ ਐਚ ਓ ਆ, ਜ਼ਬਰਦਸਤੀ ਇਹਨੂੰ ਕੱਲ ਕਟਾ ਕੇ ਗਿਆ ਜੀ। ਅੱਛਾ, ਹਾਂਜੀ, ਤੁਸੀਂ ਕੋਈ ਰਿਕੁਐਸਟ ਨਹੀਂ ਕੀਤੀ? ਬਹੁਤ ਕੀਤੀ ਆ ਜੀ, ਮੈਂ ਬਹੁਤ ਕੀਤੀ ਜੀ, ਬਹੁਤ ਬਹੁਤ ਬੇਨਤੀਆਂ ਕੀਤੀਆਂ। ਮੈਂ ਕਿਹਾ ਜੇ ਤੂੰ ਇਹਨੂੰ ਕੱਟੋ ਨਾ, ਮੁੱਢ ਕਿਤੋਂ ਹਰਾ ਹੋ ਜੂ, ਹੈ ਕਿ ਜਿਹੜੇ ਹੈਗੇ ਆ ਵਣ ਵਿਭਾਗ ਵਾਲੇ ਆ, ਉਹ ਵੀ ਆਣ ਕੇ ਇਹਨੂੰ ਚੈੱਕ ਕਰਕੇ ਇੱਕ ਗਰੰਟੀ ਲਿਖ ਕੇ ਦੇ ਦੇਣ, ਇਹ ਬੋਰਡ ਹੋ ਸਕਦਾ ਪਾਸੇ ਤੇ ਹੋਣਾ ਹੀ ਨਹੀਂਗਾ? ਨਹੀਂ ਹੋ ਸਕਦਾ, ਨਾਲੇ ਜੰਗਲਾਤ ਮਹਿਕਮੇ ਕੋਈ ਮਜ਼ਦੂਰੀ ਨਹੀਂ ਲੈ ਕੇ ਆਏ, ਇਹ ਆਪ ਹੀ ਇੰਨੇ ਤੇਜ਼ ਵਾਲੀ ਕੱਟੀ ਜਾਂਦੇ ਆ। ਕੰਮ ਚਲੋ ਰੁਕਿਆ ਸੀਗਾ, ਹੁਣ ਜਾਣ ਕੇ ਜ਼ਬਰਦਸਤੀ ਕਰਦੇ ਆ, ਧੱਕਾ ਕਰਦੇ ਆ। ਇਹ ਜਿਹੜਾ ਰੋਡ ਆ, ਇੱਥੋਂ ਦੀ ਸ਼ੁਰੂ ਤੋਂ ਇੱਥੋਂ ਦੀ ਬਣਿਆ ਕਿ ਜਾਂ ਕੋਈ ਪਹਿਲਾਂ ਇਹ ਸਾਈਡ ਥਾਣੀ ਬਣਿਆ ਸੀ, ਮੋੜੇ ਉਹ ਭਾਰਤ ਆਸ਼ੂ ਭੂਲਾ ਸੇਲਰ ਆ। ਅੱਛਾ, ਉਹਨੂੰ ਬਚਾਉਣ ਦੀ ਖਾਤਰੇ ਨਹੀਂ ਇਹਨੂੰ ਕੀਤਾ? ਓਹੋ, ਹਾਂਜੀ, ਉਹਦੇ ਨਾਲ ਮਤਲਬ ਸੀਗੀ ਥੋੜੀ ਗੱਲ। ਹਾਂ, ਉਦੋਂ ਕਾਂਗਰਸ ਦੀ ਸਰਕਾਰ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗਾ, ਉਦੋਂ ਫਿਰ ਉਹਨਾਂ ਦਾ ਜ਼ੋਰ ਚੱਲ ਗਿਆ। ਹੁਣ ਵੀ ਚਲੋ, ਜੇ ਪਹਿਲਾਂ ਕਰਦੇ ਤਾਂ ਇਹਨੂੰ ਇੱਧਰ ਵੀ ਮੇਰੀ ਪ੍ਰੋਪਰਟੀ ਆ, ਇਹਨੂੰ ਹੋ ਸਕਦਾ ਸੀ ਨਹੀਂ, ਚਲੋ ਬਚਾ ਸਕਦੇ ਸੀ ਜੇ, ਪਰ ਬਚਾਉਣਾ, ਪਰ ਪ੍ਰਸ਼ਾਸਨ ਧੱਕਾ ਕਰਦਾ ਹੈ, ਸਰਕਾਰਾਂ ਦੀਆਂ ਨਲੇਕੀਆਂ ਹੈ। ਤੁਹਾਨੂੰ ਇਸ ਬੋਰਡ ਦਾ, ਤੁਸੀਂ ਸਾਡੇ ਸਰੋਤਾਂ ਨੂੰ ਦੱਸਿਓ ਵੀ ਤੁਸੀਂ ਇਸ ਇੱਥੇ ਰਹਿੰਦੇ ਹੋ, ਤੁਹਾਡਾ ਖੇਤ ਹਨ, ਤੁਹਾਨੂੰ ਇਸ ਬੋਰਡ ਦਾ ਕਿੰਨਾ ਕੁ ਸੁੱਖ ਮਾਣਦੇ ਆ? ਸਾਨੂੰ ਇਸ ਬੋਰਡ ਦਾ ਦੇਖ ਲਓ, ਜਦੋਂ
ਗਰਮੀਆਂ ਨੂੰ ਜੂਨ ਮਈ ਚ ਗਰਮੀ ਹੁੰਦੀ 30-40 ਟੈਂਪਰੇਚਰ, ਇਹਦੇ ਥੱਲੇ 25 ਰਹਿ ਜਾਂਦੀ ਆ। ਹਾਂਜੀ, ਹੋਰ ਪਸ਼ੂ ਹੋਰ ਜਿੰਨੇ ਬਿਹਾਰ ਚੋਂ ਬਈਏ ਲਾਗੇ ਛਾਗੇ ਆਉਂਦੇ ਆ, ਲੇਬਰਾਂ ਆਉਂਦੀਆਂ, ਦੁਪਹਿਰਾਂ ਇੱਥੇ ਘੰਟਾ 2-2 ਘੰਟੇ ਬਹਿ ਕੇ ਜਾਂਦੇ ਸਾਰੀ ਦੁਨੀਆਂ ਲਾਗੇ। ਹੋਰ ਹੋਰ ਸਹੂਲਤਾਂ ਬਹੁਤ ਆ, ਪਿੰਡ ਨੂੰ ਆਕਸੀਜਨ ਬਹੁਤ ਆ, ਲੰਘਦੇ ਵੜਦੇ ਲੋਕਾਂ ਨੂੰ ਵੀ ਆਕਸੀਜਨ ਬਹੁਤ, ਹਜ਼ਾਰਾਂ ਹੀ ਇੱਥੇ ਪੰਛੀ ਰਹਿੰਦੇ ਆ, ਹਜ਼ਾਰਾਂ ਹੀ ਜੀਵ ਜੰਤਾ। ਸਿਆਲ ਨੂੰ ਵੀ ਨਿੱਘ ਮੰਨਦੇ ਆ, ਗਰਮੀਆਂ ਨੂੰ ਚਲੋ ਗਰਮੀ ਤੋਂ ਬਚਦੇ ਆ। ਛੋਟਾ ਸਾਡੇ ਬਜ਼ੁਰਗਾਂ ਨੇ ਨੀ ਲਾਇਆ, ਅਸਲੀ ਸਾਡਾ ਪਿੰਡ ਮੁਸਲਮਾਨਾਂ ਦਾ ਸੀਗਾ ਇਹ, ਪਹਿਲੋਂ ਇਹ ਮੁਸਲਮਾਨਾਂ ਦੇ ਵੇਲੇ ਦਾ ਲੱਗਾ ਜੀ, ਬਹੁਤ ਜ਼ਿਆਦਾ ਪਹਿਲੋਂ ਦਾ ਲੱਗਾ। ਜਦੋਂ ਸਾਡੇ ਬਜ਼ੁਰਗ ਉੱਥੋਂ ਪਾਕਿਸਤਾਨ ਨੂੰ ਉੱਜੜ ਕੇ ਆਏ ਆ, ਉਦੋਂ ਦੱਸਦੇ ਵੀ ਉਦੋਂ ਵੀ ਏਦਾਂ ਦਾ ਹੀ ਸੀ। ਅੱਛਾ, ਹਾਂਜੀ, 47 ਜਦੋਂ ਆਏ ਨਾ, 100 ਸਾਲ ਹੋ ਚੱਲਿਆ, 100 ਤੋਂ ਉਹਨਾਂ ਨੂੰ ਵੀ ਹੋ ਗਿਆ, ਉਦੋਂ ਵੀ ਦੱਸਦੇ ਏਦਾਂ ਦਾ ਹੀ ਬੋਰਡ ਸੀ, ਬਹੁਤ ਜ਼ਿਆਦਾ ਪੁਰਾਣਾ ਬੋਰਡ ਹੈ ਜੀ। ਬਚਾਇਆ ਜਾਂਦਾ ਵਧੀਆ ਸੀਗਾ, ਚਲੋ ਬਚਾ ਲੈਂਦਾ ਜੀ, ਕਹਿੰਦੇ ਪੱਟ ਕੇ ਵੀ ਲਾਉਣਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹਦੇ ਪੱਤੇ ਪੱਤੇ ਛਾਂ ਕੇ ਕਿਤੇ ਲਾ ਦਿੰਦੇ, ਆਹ ਤੇ ਮੁੱਢ ਜਿਹਾ ਲਾ ਦੇਣਾ, ਜਿੱਦਾਂ ਵੀ ਲੋਕਾਂ ਨੂੰ ਸਾਨੂੰ ਲੋਕ ਵਿਖਾਵਾ ਵੀ ਤੁਹਾਡੇ ਹੀ ਬੋਰਡ ਪੱਟ ਕੇ ਲਾਤਾ, ਇਹ ਫੁੱਟਣਾ ਹੀ ਨਹੀਂ, ਇਹ ਤਾਂ ਆਪਾਂ ਵੀ ਜ਼ਿਮੀਂਦਾਰ ਆ, ਆਪਾਂ ਦਰਖਤ ਪੱਟ ਕੇ ਲਾ ਲਈਏ, ਹੁਣ ਦੇਖੋ ਕਿੱਥੋਂ ਮੁੱਢੋਂ ਕੱਟਿਆ। ਸਰਕਾਰ ਦਾ ਕਹਿਣਾ ਵੀ ਇੱਥੋਂ ਜਿਹੜਾ ਨਾ ਇੰਨਾ ਵੱਢ ਕੇ ਜਿਵੇਂ ਆ ਕੈਮਰਾਮੈਨ ਨੇ ਕਹਿੰਦਾ ਦਾ ਜ਼ਿਮੀਂ ਖਾਣਾ ਜਾਣੇ ਜਿਹੜੇ ਵੱਡੇ ਨੇ, ਤੇ ਇੱਥੋਂ ਵੱਢ ਕੇ ਇਹਨੂੰ ਮੁੱਢ ਨੂੰ ਪੱਟ ਕੇ ਕਿਤੇ ਹੋਰ ਜਗ੍ਹਾ ਜਿਹੜਾ ਲਾਉਣ ਦੀ ਗੱਲ ਕਰਦੇ ਨੇ, ਪਰ ਇਹ ਕਿਸਾਨ ਵੀਰ ਜੀ ਦਾ ਵੀ ਇਹ ਕਹਿਣਾ ਬਲਵੀਰ ਸਿੰਘ ਵੀ ਇਹ ਫੁੱਟਣਾ ਨਹੀਂ ਗਾ, ਇਹ ਹੋਣਾ ਨਹੀਂ ਗਾ, ਜਾਂ ਤੇ ਆਸੇ ਪਾਸੇ ਤਾਣੇ ਵੱਢ ਕੇ ਥੋੜਾ ਥੋੜਾ ਛਾਂਗ ਕੇ ਲਾਇਆ ਜਾਵੇ, ਤੇ ਹੋ ਸਕਦਾ ਉਹ ਵੀ ਪੱਕਾ ਨਹੀਂ ਕਹਿ ਸਕਦੇ ਆਪਾਂ, ਕਿਉਂਕਿ 3-4 ਜਗਮਾ ਦੇ ਲੂਣ ਪਾਉਣ ਵਾਲੀ ਗੱਲ ਆ ਵੀ ਜਦੋਂ ਅਸੀਂ ਦੇਖਦੇ ਕੇ ਗੱਲ ਘੂਰਿਆ ਕਰਾਂਗੇ, ਇਹ ਮੁੱਢ ਖੜਾ ਕਰ ਗਿਆ ਸਾਡੇ ਇੱਥੇ, ਇਹਦੇ ਲੰਘਦੇ ਵੜਦੇ ਨੂੰ ਹੋਰ ਦੁੱਖ ਦਿਆ ਕਰੂਗਾ, ਏਦਾਂ ਦਰਖਤ ਅਸੀਂ ਆਪਦੀ ਜ਼ਿੰਦਗੀ 'ਚ ਦੇਖਦੇ ਤੇ ਕੀ ਇਹਦਾ ਵਗੜ ਗਿਆ, ਇੱਥੇ ਸੁੱਕ ਜਾਣਾ ਏ, ਮੋਢੀ ਖੜਾ ਰਹਿ ਜਾਣਾ, ਬਾਬਾ ਜੀ ਇਹ ਕਿੱਥੋਂ ਆ ਰਹੇ, ਇਹਦੇ ਨਾਲ ਤੇ ਵੱਢ ਕੇ ਲੈ ਹੀ ਗਿਆ, ਦਫਾ ਕਰ ਦੇਣ ਤੇ ਉਹ ਤੇ ਭੁੱਲ ਜੂ। ਹਾਂਜੀ, ਕਿੰਨਾ ਤੁਹਾਨੂੰ ਇਹਦੇ ਨਾਲ ਲਗਾਵ ਸੀਗਾ, ਕਿੰਨਾ ਤੁਹਾਨੂੰ ਇਹਦੇ ਨਾਲ ਦਰਦ ਸੀਗਾ। ਹਾਂਜੀ ਹਾਂਜੀ ਹਾਂਜੀ, ਚਲੋ ਬਹੁਤ ਮੈਂ ਵੇਖ ਸਕਦਾ ਵਾਂ ਕਿਸਾਨ ਵੀਰ ਜਿਹੜੇ ਨੇ ਇਸ ਮਾਲਕ ਨੇ ਇੱਥੋਂ ਦੇ, ਇਹਨਾਂ ਦੇ ਮਤਲਬ ਦਰਦ ਆ ਇਹਦੇ ਬਾਰੇ ਵੀ, ਅਸੀਂ ਜਿਹੜਾ ਬੋਰਡ ਆ ਇਹਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ ਇਸ ਦਰਖਤ ਨੂੰ, ਕਿਉਂਕਿ ਏਡਾ ਬੋਰਡ ਪਾਲਣਾ ਬੜਾ ਔਖਾ ਨਹੀਂ ਪਲਦਾ ਏਡਾ ਬੋਰਡ, ਕਿਉਂਕਿ ਅੱਜ ਬੂਟੇ ਨੂੰ ਲਾਈਏ ਤੇ ਉਹਨੂੰ ਸਾਂਭਣਾ, ਉਹਨੂੰ ਵੱਡਿਆਂ ਕਰਨਾ, ਬੜਾ ਕੁਝ ਉਹਦੇ ਵਾਸਤੇ ਬਚਾਵ ਰੱਖਣਾ ਪੈਂਦਾ। ਫਿਰ ਇਹ ਬੋਰਡ ਇੱਕ ਉਹ ਚੀਜ਼ ਆ ਜਿਹੜਾ ਗੁਣਕਾਰੀ ਜਿਵੇਂ ਮੰਨਿਆ ਗਿਆ ਸਾਇੰਸ ਵਿੱਚ, ਆਯੁਰਵੇਦਿਕ ਦੇ ਵਿੱਚ ਇਹਦੇ ਵਿੱਚ ਬੜੇ ਗੁਣ ਨੇ, ਤੇ ਸਰਕਾਰ ਵੀ ਚਾਹੁੰਦੀ ਆ, ਇੱਕ ਬੰਨੇ ਨਾਰਾ ਲਾ ਰਹੀ ਆ ਰੁੱਖ ਬਚਾਓ, ਰੁੱਖਾਂ ਨੂੰ ਬਚਾਇਆ ਜਾਵੇ, ਤੇ ਰੁੱਖ ਜੇ ਰੁੱਖ ਬਚਦੇ ਤਾਂ ਮਨੁੱਖ ਬਚਦਾ, ਤੇ ਦੂਜੇ ਬੰਨੇ ਜੇ ਉਹਨਾਂ ਨੂੰ ਸਰਕਾਰ ਆਪ ਆਣ ਕੇ ਜ਼ਬਰਦਸਤੀ ਵੱਢਿਆ ਜਾਵੇ ਤੇ ਫਿਰ ਇਹ ਤੋਂ ਨਿੰਦਣਯੋਗ ਗੱਲ ਕੋਈ ਹੋਰ ਨਹੀਂ ਹੋ ਸਕਦੀ। ਤੁਸੀਂ ਦੇਖ ਰਹੇ ਹੋ ਡੀ ਡੀ ਟੀ ਵੀ ਚੈਨਲ ਦਾਸ ਭਾਈ ਗਗਨਦੀਪ ਸਿੰਘ, ਵੀਡੀਓ ਵੱਧ ਤੋਂ ਵੱਧ ਸ਼ੇਅਰ ਚੈਨਲ ਸਬਸਕ੍ਰਾਈਬ ਤੇ ਲਾਈਕ ਕਰਨਾ ਭੁੱਲਿਓ। ਦਾਸ ਭਾਈ ਗਗਨਦੀਪ ਸਿੰਘ ਕੈਮਰਾਮੈਨ, ਪ੍ਰਿੰਸਦੀਪ ਸਿੰਘ ਦੇ ਨਾਲ, ਤੁਸੀਂ ਇੱਕ ਮੈਂ ਬੇਨਤੀ ਜ਼ਰੂਰ ਕਰ ਦੇਵਾਂ ਜਾਂਦਾ ਜਾਂਦਾ, ਇਹ ਵੀਡੀਓ ਨੂੰ ਇੰਨੀ ਸ਼ੇਅਰ ਕਰ ਦਿਓ, ਇਹ ਵੀਡੀਓ ਮੰਤਰੀ ਤੱਕ, ਮੁੱਖ ਮੰਤਰੀ ਤੱਕ, ਹਰ ਅਹੁਦੇਦਾਰ ਤੱਕ ਪਹੁੰਚਣੀ ਚਾਹੀਦੀ ਆ, ਤੇ ਇਸ ਬੋਰਡ ਦਾ ਕੋਈ ਨਾ ਕੋਈ ਕੀਆ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।